ਹੈਲੋ ਸਟੂਡੈਂਟਸ 9ਥ ਕਲਾਸ ਦੇ ਸਾਰੇ ਬੱਚਾ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਮੇਰੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਹੁਣ ਅਸੀਂ ਕਰਾਂਗੇ ਐਕਸਰਸਾਈਜ਼ 7.1 ਦਾ ਕੁਐਸਚਨ ਨੰਬਰ 7 ਅਭਿਆਸ 7.1 ਤੇ ਪ੍ਰਸ਼ਨ ਨੰਬਰ 7 ਠੀਕ ਹੈ ए बी ਇੱਕ ਰੇਖਾਖੰਡ ਹੈ ਅਤੇ ਪੀ ਇਸ ਦਾ ਮੱਧ ਬਿੰਦੂ ਹੈ ਇਹ ਸਾਡੇ ਕੋਲ ए बी ਰੇਖਾਖੰਡ ਹੈ ਇਹ ਪੀ ਇਹਦਾ ਮੱਧ ਬਿੰਦੂ ਹੋ ਗਿਆ d ਅਤੇ e ਰੇਖਾ ਖੰਡ ਦੇ ਇੱਕੋ ਪਾਸੇ ਦੋ ਬਿੰਦੂ ਇਸ ਤਰ੍ਹਾਂ ਹਨ ਇਹ d ਤੇ e ਇਸ ਰੇਖਾ ਖੰਡ ਦੇ ਇੱਕੋ ਪਾਸੇ ਦੋ ਬਿੰਦੂ ਹੈ ਦੂਜੇ ਪਾਸੇ ਨਹੀਂ ਹੈਗੇ ਇੱਕੋ ਹੀ ਪਾਸੇ ਹੈ ਦੋਨੇ ਬਿੰਦੂ ਇਦਾਂ ਆ ਕਿ ਐਂਗਲ bad ਐਂਗਲ abe bad ਇਹ ਵਾਲਾ ਐਂਗਲ abe ਇਹ ਵਾਲਾ ਐਂਗਲ ਇਹ ਦੋਨੇ ਐਂਗਲ ਸਿੰਗਲ ਲਾਈਨ ਨਾਲ ਦੱਸਿਆ ਇਹ ਦੋਨੇ ਬਰਾਬਰ ਹੈ ਅਤੇ ਐਂਗਲ epa ਦੇਖੋ e ਪੀ ਏ ਇਹ ਵਾਲਾ ਐਂਗਲ ਜਿੱਥੇ ਦੋ ਲਾਈਨਾਂ ਲੱਗੀਆਂ ਬਰਾਬਰ ਐਂਗਲ ਡੀ ਪੀ ਬੀ ਡੀ ਪੀ ਬੀ ਇੱਥੇ ਵੀ ਦੋ ਲਾਈਨਾਂ ਲੱਗੀਆਂ ਇਹ ਦੋਨੇ ਐਂਗਲ ਬਰਾਬਰ ਹੈ ਤਾਂ ਅਸੀਂ ਸਿੱਧ ਕਰਨਾ ਕਿ ਇਹ ਜਿਹੜੀਆਂ ਟ੍ਰੈਂਗਲਸ ਹੈਗੀਆਂ ਨਾ ਇੱਕ ਰੈੱਡ ਤੇ ਇੱਕ ਗ੍ਰੀਨ ਇਹ ਦੋਨੇ ਸਰਵੰਗ ਸਮ ਆ ਨਾਂ ਇਹਨਾਂ ਦੇ ਹੈਗੀਆਂ ਡੀ ਏ ਪੀ ਦੇਖੋ ਡੀ ਏ ਪੀ ਤੇ ਟ੍ਰੈਂਗਲ ਈ ਬੀ ਪੀ ਈ ਬੀ ਪੀ ਇਹ ਦੋਨੇ ਸਰਵੰਗ ਸਮ ਹੈ ਤੇ ਨਾਲ ਇਹਦੇ ਨਾਲ ਅਸੀਂ ਇਹ ਪ੍ਰੂਵ ਕਰਨਾ ਕਿ ਏ ਡੀ ਬਰਾਬਰ ਬੀ ਈ ਏ ਡੀ ਕਿਹਦੇ ਬਰਬਰ ਹੈ BE ਦੇ ਠੀਕ ਹੈ AB ਇਸ ਅ ਲਾਈਨ ਸੈਗਮੈਂਟ ਐਂਡ P ਇਸ ਦਾ ਮਿਡਪੁਆਇੰਟ AB ਲਾਈਨ ਸੈਗਮੈਂਟ ਹੈ ਤੇ P ਜਿਹੜਾ ਮਿਡਪੁਆਇੰਟ ਹੈ D ਐਂਡ E ਆਰ ਪੁਆਇੰਟਸ ਓਨ ਦਾ ਸੇਮ ਸਾਈਡ ਆਫ AB ਠੀਕ ਹੈ ਸਚ ਥੈਟ ਐਂਗਲ BAD ਐਂਗਲ ABE ਐਂਡ EPA ਐਂਗਲ DPV ਸ਼ੋ ਥੈਟ ਟ੍ਰਾਇੰਗਲ DAP ਇਸ ਕਾਂਗੂਰੈਂਟ ਟੂ ਟ੍ਰਾਇੰਗਲ EBP ਐਂਡ AD BE ਠੀਕ ਹੈ ਹੁਣ ਅਸੀਂ ਇਹ ਫਿਗਰ ਨੂੰ ਪਹਿਲਾਂ ਧਿਆਨ ਨਾਲ ਦੇਖਦੇ ਆਂ ਪਹਿਲਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਦੇਖੀਏ ਸੀ ਕਿ ਇਹਨੂੰ ਅਸੀਂ ਕਿੱਦਾਂ ਕਰਨਾ ਅਸੀਂ ਪਹਿਲਾਂ ਇਹ ਪਲਾਨ ਬਣਾਵਾਂਗੇ ਨਾ ਕਿ ਇਹਨੂੰ ਅਸੀਂ ਸਿੱਧਾ ਥੋੜ੍ਹਾ ਕਰ ਦੇਣਾ ਸ਼ੁਰੂ ਪਹਿਲਾਂ ਅਸੀਂ ਇੱਥੇ ਸਮਝਾਂਗੇ ਕਿ ਅਸੀਂ ਇਹਨਾਂ ਨੂੰ ਸਰਵੰਗਸਮ ਕਰਨਾ ਦੋਨਾਂ ਨੂੰ ਇਹ ਲਾਲ ਵਾਲੀ ਤੇ ਇਹ ਗ੍ਰੀਨ ਵਾਲੀ ਠੀਕ ਹੈ ਦੋਨਾਂ ਨੂੰ ਅਸੀਂ ਸਰਵੰਗਸਮ ਕਰਨਾ ਹੈ ਦੋਨਾਂ ਨੂੰ ਕੰਗਰੈਂਟ ਕਰਨਾ ਹੈ ਤਾਂ ਕਿੱਦਾਂ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਐਂਗਲ ਬਰਾਬਰ ਦਿੱਤਾ ਹੈ ਦੋਨਾਂ ਦੇ ਵਿੱਚ ਇੱਧਰ A ਇੱਧਰ B ਇੱਕ ਐਂਗਲ ਬਰਾਬਰ ਹੋ ਗਿਆ ਇੱਕ ਦਿੱਤਾ ਸਾਨੂੰ ਕਿ ਪੀ ਮਿਡਪੁਆਇੰਟ ਹੈ ਮਿਡਪੁਆਇੰਟ ਹੋਇਆ ਤੇ ਦਾ ਮਤਲਬ ਏਪੀ ਤੇ ਪੀਬੀ ਦੋਨੇ ਬਰਾਬਰ ਹੋਣੀਆਂ ਇਹ ਸਾਈਡ ਬਰਾਬਰ ਹੋ ਜਾਣੀ ਠੀਕ ਹੈ ਇਹਨਾਂ ਦੋਨਾਂ ਟ੍ਰਾਇੰਗਲ ਦੀ ਇਹ ਬੇਸ ਜਿਹੜਾ ਇਹ ਬਰਾਬਰ ਹੋ ਜਾਣਾ ਕਿਉਂਕਿ ਇਹ ਮਿਡਪੁਆਇੰਟ ਹੈ ਦੋ ਚੀਜ਼ਾਂ ਹੋ ਗਈਆਂ ਹੁਣ ਤੀਸਰਾ ਸਾਨੂੰ ਇਹ ਐਂਗਲ ਦਿੱਤਾ ਪਰ ਇਹ ਐਂਗਲ ਜੇ ਸਾਨੂੰ ਕਦੋਂ ਕੰਮ ਆਉਣਾ ਸੀ ਜਦੋਂ ਇਹ ਇਦਾਂ ਪੂਰਾ ਹੁੰਦਾ ਇੱਥੇ ਤੱਕ ਠੀਕ ਹੈ ਇਧਰੋਂ ਇਹਦੇ ਵਾਸਤੇ ਪੂਰਾ ਹੁੰਦਾ ਮੰਨ ਲਓ ਇਦਾਂ ਇਹਨੂੰ ਵੀ ਮੈਂ ਦੋ ਰੰਗਾਂ ਨਾਲ ਕਰਕੇ ਦੱਸਦੀ ਹਾਂ ਲਾਲ ਟ੍ਰੈਂਗਲ ਲਈ ਇਹ ਆਹ ਵਾਲਾ ਹਿੱਸਾ ਇਹਦੇ ਨਾਲ ਰਲਦਾ ਇਦਾਂ ਇਦਾਂ ਠੀਕ ਹੈ ਇਹ ਤਾਂ ਪਰ ਸਾਡੇ ਕੰਮ ਆਣਾ ਸੀ ਤੇ ਗ੍ਰੀਨ ਟ੍ਰੈਂਗਲ ਲਈ ਇੰਨਾ ਵੱਡਾ ਹੁੰਦਾ ਸਾਨੂੰ ਦਿੱਤਾ ਹੈ ਕੋਣ ਬਰਾਬਰ ਤਾਂ ਗੱਲ ਵੱਣੀ ਸੀ ਹੁਣ ਇੱਥੇ ਤੁਸੀਂ ਇਹ ਦੇਖੋ ਇੱਥੇ ਇੱਕ ਕੰਮ ਫੇਰ ਉਹ ਇੱਕ ਸੀ ਪਿਛਲੇ ਪਿਛਲੇ ਕੁਐਸਚਨ ਕੀਤਾ ਸੀ ਉਹਦੇ ਵਿੱਚ ਵੀ ਸਾਡੇ ਕੋਲ ਇਦਾਂ ਦੀ ਸਿਚੁਏਸ਼ਨ ਸੀਗੀ ਕਿ ਆਹ ਤਾਂ ਦੋ ਐਂਗਲ ਬਰਾਬਰ ਆ ਨਾ ਇਹ ਹਿੱਸਾ ਇਹ ਹਿੱਸਾ ਬਰਾਬਰ ਹੈ ਇਹ ਹਿੱਸਾ ਦੋਨਾਂ ਦਾ ਕਾਮਨ ਹੈ ਜੇ ਇਹ ਬਰਾਬਰ ਹਿੱਸਿਆਂ 'ਚ ਇਹ ਜੋੜ ਦਈਏ ਇਹਦੇ ਵਿੱਚ ਇਹ ਜੋੜ ਦਈਏ ਇਹਦੇ ਵਿੱਚ ਇਹ ਜੋੜ ਦਈਏ ਦੇਖੋ ਨਾ ਇੱਥੋਂ ਲਾ ਲਓ ਹਿੱਸਾ ਇੰਨਾ ਬਣ ਗਿਆ ਇਦੋਂ ਇੰਨਾ ਹੀ ਗ੍ਰੀਨ ਦੇ ਦਈਏ ਨੂੰ ਤੇ ਇਹ ਫਿਰ ਦੋਨੇ ਐਂਗਲ ਬਰਾਬਰ ਹੋ ਜਾਣੇ ਜਦੋਂ ਇਹ ਐਂਗਲ ਬਰਾਬਰ ਹੋ ਗਏ ਸਾਡੇ ਕੋ ਕੀ ਬਣ ਜਾਣਾ ਐਂਗਲ ਸਾਈਡ ਐਂਗਲ ਪ੍ਰੋਪਰਟੀ ਬਣ ਜਾਣੀ ਆ ਠੀਕ ਹੈ ਤੇ ਸਾਡੀਆਂ ਜਿਹੜੀਆਂ ਤਿਕੋਣਾ ਇਹ ਕੰਗੂਰੈਂਟ ਹੋ ਜਾਣੀਆਂ ਸਰਵਾਂਗਸਮ ਹੋ ਜਾਣੀਆਂ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਇਸ ਐਂਗਲ ਦੇ ਕੰਮ ਕਰੀਏ ਹਨਾ ਐਂਗਲ ਇਹਦਾ ਕੀ ਨਾਮ ਆ A P E ਜਾਂ E P A E P A ਦਿੱਤਾ ਨਾ ਦੇਖੋ ਐਂਗਲ E P A ਇੱਥੇ ਕਿਹੜਾ ਐਂਗਲ ਪਲੱਸ ਕਰਦੀਏ ਅਸੀਂ EPD ਐਂਗਲ EPD ਬਰਾਬਰ ਕਿਹਦੇ ਹੋ ਜਾਣਾ ਕਿਉਂਕਿ ਇਹ ਬਰਾਬਰ ਹੈ ਇੱਧਰ DPB ਇਹੇ ਐਂਗਲ ਇੱዚ ਪਲੱਸ ਕਰਦੀਏ ਐਂਗਲ EPD EP ਅਤੇ DPB ਇਹ ਦੋਨੇ ਬਰਾਬਰ ਹੈ ਸਾਨੂੰ 기ਵਨ ਹੈ ਠੀਕ ਹੈ ਇਹ ਅਸੀਂ ਬਰਾਬਰ ਦੇ ਵਿੱਚ ਇੱਕੋ ਜੀ ਚੀਜ਼ ਦੋਨੇ ਪਾਸੇ ਜੋੜ ਦਿੰਦੀ ਹੈ ਜਿੰਨਾ ਇੱਧਰ ਜੋੜਿਆ ਉਨਾ ਹੀ ਇੱਧਰ ਜੋੜਿਆ ਤਾਂ ਫਿਰ ਸਾਡੀ ਇਕੁਏਸ਼ਨ 'ਚ ਕੋਈ ਫਰਕ ਨਹੀਂ ਨਾ ਆਇਆ ਦੋਨੇ ਪਾਸੇ ਤੇ ਇਹਨਾਂ ਨੂੰ ਜੁੜ ਕੇ ਜਿਹੜਾ ਐਂਗਲ ਬਣਿਆ ਜੁੜ ਕੇ ਕਿਹੜਾ ਐਂਗਲ ਬਣਿਆ ਸਾਡੇ ਕੋਲ ਏ ਪੀ ਡੀ ਇਹ ਬਣ ਗਿਆ ਐਂਗਲ ਏ ਪੀ ਡੀ ਬਰਾਬਰ ਕਿਹਦੇ ਹੋ ਜਾਣਾ ਇੱਧਰੋਂ ਦੇਖੋ ਏ ਪੀ ਬੀ ਠੀਕ ਹੈ ਏ ਪੀ ਬੀ ਇਹ ਹੁਣ ਦੋਨੇ ਐਂਗਲ ਬਰਾਬਰ ਹੋ ਗਏ ਅਸੀਂ ਸਿੱਧ ਕਰ ਲਿਆ दूजा क्योंकि पी जड़ा रेखाखंड ए बी का मध्य बिंदु है बिकॉज पी इज द मिड प्वाइंट ऑफ लाइन सेगमेंट ए बी देर फोर जो मिड प्वाइंट है फिर होना ए पी इज इक्वल टू बीपी ठीक है फिर थर्ड यह सू गिवन है एंगल कह एंगल है बी ए डी बी ए डी एंगल बी ए डी इज इक्वल टू एंगल ए बी ई ए बी ई सू गिवन यानी कि दिता ठीक है।, है अच्छा हूँ साढ़े को हो गया एंगल हो गया साइड हो गई एंगल हो गई ठीक है अस लिखा एंगल साइड एंगल ਸਰਵੰਗ ਸੰਤਾ ਨਿਯਮ ਅਨੁਸਾਰ ਅਕੋਰਡਿੰਗ ਟੂ ਐਂਗਲ ਸਾਈਡ ਐਂਗਲ ਕ੍ਰਾਈਟੇਰੀਆ ਟ੍ਰਾਇੰਗਲ ਡੀਏਪੀ ਇਜ਼ ਕੋਂਗਰੈਂਟ ਟੂ ਟ੍ਰੈਂਗਲ EBP ਠੀਕ ਹੈ ਇਹ ਕਾਂਗਰੈਂਟ ਹੋ ਗਈਆਂ ਹੁਣ ਅਸੀਂ ਸੈਕਿੰਡ ਕੀ ਦੱਸਣਾ AD PE ਠੀਕ ਹੈ ਹੁਣ ਇਹ ਵਾਲਾ ਐਂਗਲ ਹੈ ਇਹਦੀ ਆਪੋਜ਼ਿਟ ਸਾਈਡ AD ਹੈ ਇਹ ਵਾਲਾ ਐਂਗਲ ਹੈ ਇਹਦੀ ਆਪੋਜ਼ਿਟ ਸਾਈਡ BE ਹੈ ਠੀਕ ਹੈ ਇਹ ਦੋਨੇ ਜਿਹੜੇ ਆ ਐਂਗਲ ਜੇ ਬਰਾਬਰ ਆ ਤੇ ਇਹ ਕੋਰਸਪੋਂਡਿੰਗ ਪਾਰਟਸ ਆ ਗਿਆ ਕਾਂਗਰੈਂਟ ਟ੍ਰੈਂਗਲ ਦੇ ਠੀਕ ਹੈ ਕੋਰਸਪੋਂਡਿੰਗ ਪਾਰਟ ਹੈ ਕੋਰਸਪੋਂਡਿੰਗ ਪਾਰਟ ਦੇ कोरसपोंडिंग तो साइड है जीडी वह बराबर होनी है ठीक है न असी इतना सिंपल लिखना सैकेंड का आंसर की लिखना ए डी इज ईक्वल इतने लिखा बिकॉज ट्रैंगगल डी ए पी इज कॉन्गोरेंट टू ट्रैगल ई बी पी देयर फोर ए डी इज ईक्वल टू बी ई इतने ब्रैक्ट की लिखा सी पी सी टी ਠੀਕ ਕੁਐਸਚਨ ਸੀਰੀਜ਼ ਕੰਪਲੀਟ ਹੋ ਗਿਆ ਨੈਕਸਟ ਕੁਐਸਚਨ ਲਈ ਅਸੀਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਬਾਏ ਬਾਏ